Hey guys, subscribe and press the bell icon to never miss a video from Gabru. ਜੋਰੂ ਕਾ ਗੁਲਾਮ ਹਿੰਦੀ ਦੇ ਵਿੱਚ ਇਹ ਕਹਾਵਤ ਤਾਂ ਤੁਸੀਂ ਕਈ ਵਾਰੀ ਸੁਣੀ ਹੋਵੇਗੀ ਤੇ ਪੰਜਾਬੀ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਆ ਨੌਕਰ ਵੋਟੀ ਦਾ ਪਰ ਸਾਡੀ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਇਹ ਸਿਰਫ ਇੱਕ ਫਰੇਜ਼ ਹੀ ਨਹੀਂ ਬਲਕਿ ਅਪਕਮਿੰਗ ਪੰਜਾਬੀ ਮੂਵੀ ਹੈ ਜੀ ਹਾਂ ਨੌਕਰ ਵੋਟੀ ਦਾ ਜਿਸ ਦੇ ਵਿੱਚ ਤੁਹਾਨੂੰ ਲੀਡ ਰੋਲਸ ਦੇ ਵਿੱਚ ਨਜ਼ਰ ਆਉਣਗੇ ਸਾਡੀ ਬਾਲੀਵੁੱਡ ਇੰਡਸਟਰੀ ਦੇ ਵੈਰੀ ਟੈਲੈਂਟਡ ਐਕਟਰਸ ਬੀਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਮੂਵੀ ਨਾਲ ਰਿਲੇਟਡ ਇੱਕ ਇੰਪੋਰਟੈਂਟ ਐਂਡ ਇੰਟਰਸਟਿੰਗ ਅਪਡੇਟ ਤੇ ਅਪਡੇਟ ਇਹ ਹੈ ਕਿ ਹਾਲ ਹੀ ਦੇ ਵਿੱਚ ਚੱਲ ਰਿਹਾ ਹੈ ਨੌਕਰ ਵੋਟੀ ਦਾ ਦੇ ਸੌਂਗ ਦਾ ਸ਼ੂਟ ਜਿਸ ਦੇ ਵਿੱਚ ਸਾਨੂੰ ਬੀਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਨੱਚਦੇ ਹੋਏ ਨਜ਼ਰ ਆ ਰਹੇ ਨੇ ਇਸ ਸੌਂਗ ਦੀ ਵੀਡੀਓ ਦੇ ਵਿੱਚ ਕੁਲਰਾਜ ਰੰਧਾਵਾ ਅਤੇ ਬੀਨੂ ਢਿੱਲੋਂ ਦੀ ਮੂਵਸ ਨੂੰ ਦੇਖ ਕੇ ਸਾਨੂੰ ਤਾਂ ਇਹੀ ਲੱਗਦਾ ਹੈ ਕਿ ਇਹ ਸੌਂਗ ਦੀ ਬੀਟਸ ਤੁਹਾਨੂੰ ਵੀ ਨੱਚਣ ਤੇ ਜ਼ਰੂਰ ਮਜਬੂਰ ਕਰ ਦੇਵੇਗੀ ਇਹ ਨਿਊਜ਼ ਆਪਣੇ ਫੈਨਸ ਦੇ ਨਾਲ ਬੀਨੂ ਢਿੱਲੋਂ ਨੇ ਸ਼ੇਅਰ ਕੀਤੀ ਸੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਇੱਕ ਪੋਸਟ ਦੇ ਵਿੱਚ ਤੁਸੀਂ ਚੈੱਕ ਕਰੋ ਬੀਨੂ ਢਿੱਲੋਂ ਦੀ ਸ਼ੇਅਰ ਕੀਤੀ ਹੋਈ ਇਸ ਵੀਡੀਓ ਨੂੰ ਤੇ ਹੁਣ ਜੇ ਅਸੀਂ ਨੌਕਰ ਵੋਟੀ ਦਾ ਦੇ ਕ੍ਰੈਡਿਟਸ ਦੇ ਬਾਰੇ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਡਾਇਰੈਕਟਰ ਸਮੀਪ ਕੰਗ ਨੇ ਜਿਸ ਦੇ ਵਿੱਚ ਸਾਨੂੰ ਬੀਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਦੇ ਨਾਲ ਇੰਟਰਸਟਿੰਗ ਰੋਲਸ ਦੇ ਵਿੱਚ ਨਜ਼ਰ ਆਉਣਗੇ ਗੁਰਪ੍ਰੀਤ ਘੁੱਗੀ ਉਪਾਸਨਾ ਸਿੰਘ ਐਂਡ ਜਸਵਿੰਦਰ ਭੱਲਾ ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਹੈ ਰੋਹਿਤ ਕੁਮਾਰ ਸੰਜੀਵ ਕੁਮਾਰ ਰੋਹਿਤ ਰਿਹਾਨ ਆਸ਼ੂ ਮੁਨੀਸ਼ ਸਾਹਨੀ ਐਂਡ ਸਮੀਪ ਕੰਗ ਨੇ ਜੋ ਕਿ ਥੀਏਟਰਸ ਦੇ ਵਿੱਚ ਤੁਹਾਨੂੰ ਨਜ਼ਰ ਆਵੇਗੀ 23 ਅਗਸਤ 2019 ਨੂੰ ਤੇ ਹੁਣ ਇਹ ਸਭ ਸੁਣਦੇ ਹੋਏ ਤੁਸੀਂ ਸਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਬੀਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਦੀ ਇਹ ਵੀਡੀਓ ਕਿੱਦਾਂ ਦੀ ਲੱਗੀ ਹੈ ਇਹਦੇ ਨਾਲ ਹੀ ਸਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਨੌਕਰ ਵੋਟੀ ਦਾ ਨੂੰ ਦੇਖਣ ਦੇ ਲਈ ਕਿੰਨੇ ਐਕਸਾਈਟਿਡ ਹੋ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਇਸ ਤਰ੍ਹਾਂ ਦੀ ਹੋਰ ਇੰਟਰਸਟਿੰਗ ਅਪਡੇਟਸ ਨੂੰ ਜਾਣਨ ਦੇ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਐਂਡ ਪ੍ਰੈਸ ਦ ਬੈਲ ਆਈਕਨ ਫਾਰ ਨੋਟੀਫਿਕੇਸ਼ਨਸ ਤੇ ਜੇ ਇਹ ਖਬਰ ਤੁਹਾਨੂੰ ਵਧੀਆ ਲੱਗੀ ਹੈ ਤਾਂ ਸਾਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਥੱਲੇ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰਕੇ ਗਬਰੂ ਦੀ ਐਪ ਨੂੰ ਆਪਣੇ ਮੋਬਾਈਲ ਫੋਨਸ ਦੇ ਵਿੱਚ ਵੀ ਇੰਸਟਾਲ ਕਰ ਲਓ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗਬਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ